ਹਿਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ। ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ। ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ। ਇਸ ਫੋਰਸ ਨੇ ਜਿੱਥੇ 6:29 ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ, ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ। ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ, ਸੜਕਾਂ 'ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ। ਹੁਣ ਜੇਕਰ ਸੜਕ 'ਤੇ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 'ਤੇ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਮਦਦ ਲਈ ਤੁਰੰਤ ਹਾਈਟੈਕ ਵਾਹਨ ਰਵਾਨਾ ਹੋ ਜਾਂਦੇ ਨੇ। ਅਤਿ ਆਧੁਨਿਕ ਯੰਤਰਾਂ ਦੇ ਨਾਲ ਲੈਸ 150 ਦੇ ਕਰੀਬ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ 'ਤੇ 24 ਘੰਟੇ ਮੌਜੂਦ ਰਹਿੰਦੇ ਨੇ। ਇਹਨਾਂ ਦੀ ਮੌਜੂਦਗੀ ਦੇ ਚਲਦਿਆਂ SSF ਰੂਟਾਂ ਤੇ ਅਪਰਾਧ ਦਰ ਵੀ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ TV, ਮੈਂ ਹਾਂ ਅਮਨ ਲੂਣਾ। ਸੈਕਟਰ 8 ਸਥਿਤ SCO ਨੰਬਰ 122-23 'ਚ ਅੱਜ ਤੜਕੇ 5:16 'ਤੇ ਅਚਾਨਕ ਅੱਗ ਲੱਗ ਗਈ ਅਤੇ ਇਹ ਅੱਗ 2 ਸ਼ੋਰੂਮਾਂ 'ਚ ਲੱਗੀ ਗਈ ਹੈ। ਦੱਸ ਦਿੰਦੇ ਹਾਂ, ਗੋਲਡਨ ਲੀਫ ਸਪਾ ਸੈਂਟਰ 'ਚ ਪਹਿਲਾਂ ਅੱਗ ਲੱਗੀ ਸੀ ਅਤੇ ਉਸ ਤੋਂ ਬਾਅਦ ਅੱਗ ਨੇ ਗੰਭੀਰ ਰੂਪ ਲੈ ਲਿਆ ਅਤੇ ਜਿਸ ਤੋਂ ਬਾਅਦ ਜਿਹੜਾ ਰੈਸਟੋਰੈਂਟ ਹੈ ਉਹ ਚਿਕਨ ਵੰਡਰਲੈਂਡ ਜਿਹੜਾ ਰੈਸਟੋਰੈਂਟ ਹੈ ਉਸਦੇ ਵੀ ਅੱਗ ਨੇ ਅੱਗ ਪਕੜ ਲਈ ਅਤੇ ਲਗਾਤਾਰ ਜਿਹੜੀ ਅੱਗ ਲੱਗੀ ਗਈ ਉੱਥੇ, ਅਤੇ ਜਿਸ ਤੋਂ ਬਾਅਦ ਸੂਚਨਾ ਜਿਹੜੀ ਕੀ ਹੈ PCR Sector 3 ਥਾਣਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ PCR ਦੀ 1-4 ਗੱਡੀ, Sector 3 ਥਾਣਾ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਵੱਖ ਵੱਖ ਸਟੇਸ਼ਨਾਂ ਤੋਂ ਕੁੱਲ 4 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਫਾਇਰ ਕਰਮੀਆਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਦੱਸਿਆ ਜਾ ਰਿਹਾ ਵੀ ਸਮਾਂ ਰਹਿੰਦੇ ਹੋਏ ਇਹ ਸੂਚਨਾ ਜਿਹੜੀ ਹੈ ਜਲਦੀ ਮਿਲ ਗਈ ਸੀ, ਜਿਸ ਤੋਂ ਬਾਅਦ ਫਾਇਰ ਕਰਮੀਆਂ ਵੱਲੋਂ ਸਮੇਂ ਰਹਿੰਦੇ ਹੋਏ ਅੱਗ 'ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਇਸ ਘਟਨਾ 'ਚ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ, ਲੇਕਿਨ ਜਿਹੜਾ ਰੈਸਟੋਰੈਂਟ ਹੈ ਉਹ ਚਿਕਨ ਵੰਡਰਲੈਂਡ ਅਤੇ ਜਿਹੜਾ ਗੋਲਡਨ ਲੀਫ ਸਪਾ ਹੈ ਇਹਨਾਂ ਦੋਨਾਂ 'ਚ ਕਾਫੀ ਸਮਾਨ ਜਿਹੜਾ ਹੈ ਸੜ ਕੇ ਸਵਾਹ ਹੋ ਗਿਆ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਵੀ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ, ਲੇਕਿਨ ਇਹਦੀ ਅਧਿਕਾਰਿਕ ਤੌਰ 'ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ। ਇਸ ਮਾਮਲੇ 'ਚ ਫਾਇਰ ਅਫਸਰ ਨੇ ਕੀ ਕੁਛ ਕਿਹਾ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ। ਅਮਰਜੀਤ ਜੀ, ਸੂਚਨਾ ਕਿੰਨੇ ਵਜੇ ਮਿਲੀ ਤੁਹਾਨੂੰ? 5:16 'ਤੇ ਮਿਲੀ। ਕਿਹੜੇ ਸ਼ੋਰੂਮ 'ਚ ਅੱਗ ਲੱਗੀ? ਆਪਣਾ SCO ਨੰਬਰ 122-23 ਜੀ। ਅੱਛਾ ਜੀ। ਇੱਕ ਦੂਜਾ ਰੈਸਟੋਰੈਂਟ ਦਾ ਜੀ, ਇੱਕ ਵਜੇ ਆਪਣਾ ਸਪਾ ਦਾ ਜੀ। ਕਾਰਨ ਕਿਆ ਹੋਇਆ ਹੋਗਾ ਜਿਹੜਾ ਅੱਗ ਲੱਗਣ ਦਾ ਕਾਰਨ? ਕੋਈ ਪਤਾ ਨਹੀਂ ਲੱਗਿਆ ਜੀ, ਆਪਣਾ ਸਰਚ ਕਰਦੇ। ਕਿੰਨੀ ਗੱਡੀਆਂ ਆ ਗਈਆਂ ਪਾਣੀ ਦੀਆਂ? ਪਾਣੀ ਦੀਆਂ 3 ਆਪਣਾ ਵਾਟਰ ਟੈਂਡਰ ਹੈ ਜੀ, ਇੱਕ FPA ਟਾਟਾ ਜੀ ਨੇ। ਚੰਡੀਗੜ੍ਹ ਤੋਂ ਅਮਨ ਲੂਣਾ ਦੀ ਰਿਪੋਰਟ।